ਲੋਕਾਂ ਦੇ ਘਰਾਂ ਚ ਕੰਮ ਕਰਕੇ ਆਪਣਾ ਤੇ ਆਪਣੇ ਬੇਟੇ ਦਾ ਢਿੱਡ ਭਰਦੀ, ਮੇਰੇ ਤੇ ਤਰਸ ਕਰੋ। ਬੀਬੀ, ਜੇ ਮੈਂ ਤਰਸ ਕਰਨ ਲੱਗ ਪਿਆ ਨਾ ਤੇ ਤੁਹਾਡੇ ਵਰਗੇ ਗਰੀਬ ਆਦਮੀਆਂ ਨੇ ਤਾਂ ਮੇਰੀ ਦੁਕਾਨ ਲੁੱਟ ਕੇ ਖਾ ਜਾਣੀ ਹੈ, ਤੇ ਜੇ ਮੈਂ ਉਧਾਰ ਦੇਣ ਲੱਗ ਪਿਆ ਨਾ ਤਾਂ ਮੇਰੀ ਦੁਕਾਨ ਤਾਂ ਇੱਕ ਮਹੀਨਾ ਹੀ ਚੱਲੂ। ਜੇ ਬੀਬੀ ਪੈਸੇ ਨਾ ਆਉਣਗੇ ਤਾਂ ਮੈਂ ਦੁਕਾਨ ਚ ਸਮਾਨ ਕਿੱਥੋਂ ਪਾਉਣਾ, ਨਾਲੇ ਮੈਂ ਗਰੀਬ ਜਨਤਾ ਨੂੰ ਪਾਲਣ ਦਾ ਕੋਈ ਠੇਕਾ ਨਹੀਂ ਲੈ ਰੱਖਿਆ। ਜਾ ਜਾ ਤੂੰ। ਮੇਰੇ ਖਾਣ ਨੂੰ ਕੀ ਲੈ ਕੇ ਆਈ ਆ? ਰਾਜੂ ਪੁੱਤ, ਲਾਲੇ ਦੀ ਹੱਟੀ ਬੰਦ ਸੀ, ਥੋੜੀ ਦੇਰ ਚ ਖੁੱਲੂਗੀ ਨਾ, ਮੈਂ ਫੇਰ ਤੇਰੇ ਲਈ ਕੁਛ ਖਾਣ ਨੂੰ ਲੈ ਕੇ ਆਉਣੀ ਆ। ਠੀਕ ਆ। ਰਾਜੂ ਪੁੱਤ, ਤੂੰ ਕਿੱਥੇ ਚੱਲਿਆ? ਮਾਂ, ਮੈਂ ਅੰਦਰ ਚੱਲਾਂ। ਚੱਲ ਠੀਕ। ਸਰਦਾਰ ਜੀ, ਤੁਸੀਂ ਆਓ ਬੈਠੋ। ਗੋਮਤੀ, ਮੈਂ ਇੱਥੇ ਬੈਠਣ ਨਹੀਂ ਆਇਆ, ਸਿਰਫ ਤੈਨੂੰ ਦੱਸਣ ਆਇਆ ਕਿ ਇੱਕ ਦਿਨ ਰਹਿ ਗਿਆ ਸਰਦਾਰ ਜੀ ਦੇ ਦਿੱਤੇ ਹੋਏ ਟਾਈਮ ਪੂਰਾ ਹੋਣ ਵਿੱਚ। ਮੈਂ ਗਰੀਬ ਆ, ਤੁਸੀਂ ਸਰਦਾਰ ਜੀ ਨੂੰ ਕਹਿ ਕੇ ਮੇਰੇ ਪੈਸੇ ਹੀ ਮਾਫ ਕਰਵਾ ਦਿਓ। ਉਹਨਾਂ ਨੇ ਪੈਸੇ ਮਾਫ ਨਹੀਂ ਕਰਨੇ, ਕੱਲ ਤੱਕ ਤੂੰ ਆਪਣਾ ਇੰਤਜ਼ਾਮ ਕਰ ਲੈ। ਚੰਗਾ, ਹੁਣ ਮੈਂ ਚੱਲਦਾ। ਹੇ ਮੇਰੇ ਰੱਬਾ, ਹੁਣ ਤੂੰ ਹੀ ਸਾਡੇ ਗਰੀਬਾਂ ਦਾ ਰਖਵਾਲਾ ਹੈ। ਜੇ ਸਾਡੇ ਘਰ ਦੀ ਛਾਤੀ ਸਾਡੇ ਸਿਰ ਤੇ ਨਹੀਂ ਰਹੀ ਤੇ ਮੈਂ ਆਪਣੇ ਪੁੱਤ ਨੂੰ ਲੈ ਕੇ ਕਿੱਥੇ ਜਾਵਾਂਗੀ? ਹੇ ਮੇਰੇ ਮਾਲਕਾ, ਮੇਰੀ ਮਦਦ ਕਰ, ਮੇਰੀ ਮਦਦ ਕਰ। ਅਮਰੀਕ ਜੀ, ਮੇਰੇ ਮਾਲਕ ਜੀ, ਜਾ ਗੋਪਾਲਪੁਰ ਵਿਖੇ, ਇੱਕ ਵਿਧਵਾ ਔਰਤ ਹੈ, ਉਸਦਾ ਬੱਚਾ ਹੈ ਜੋ ਅੱਖਾਂ ਤੋਂ ਦੇਖ ਨਹੀਂ ਸਕਦਾ, ਉਹ ਬੜੇ ਦੁਖੀ ਹੈ। ਜਾ ਉਹਨਾਂ ਨੂੰ ਲੈ ਕੇ ਦਰਬਾਰ 'ਤੇ ਆ, ਕਿਉਂਕਿ ਉਹਨਾਂ ਦੇ ਦੁੱਖਾਂ ਨੂੰ ਦੂਰ ਕਰਨ ਦਾ ਸਮਾਂ ਆ ਗਿਆ। ਜੋ ਹੁਕਮ ਮੇਰੇ ਮਾਲਕ, ਜੋ ਹੁਕਮ। ਜੈ ਮੇਰੇ ਮਾਲਕ, ਜੈ ਹੋ ਮੇਰੇ ਮਾਲਕ, ਜੈ ਹੋ ਮੇਰੇ ਮਾਲਕ। ਸਮਝੀ ਨਹੀਂ ਤੁਸੀਂ ਕੀ ਕਹਿ ਰਹੇ ਹੋ? ਜੀ ਮੈਂ ਉਹਨਾਂ ਦੀ ਗੱਲ ਕਰ ਰਿਹਾ ਜੋ ਪੀਰਾਂ ਦੇ ਪੀਰ ਨੇ, ਜੋ ਨਿਮਾਣਿਆਂ ਦੇ ਮਾਣ ਨੇ, ਜੋ ਇਸ ਦੁਨੀਆਂ ਵਿੱਚ ਆਏ ਹੀ ਲੋਕਾਂ ਦੀ ਸੇਵਾ ਕਰਨ ਵਾਸਤੇ, ਜਿਨ੍ਹਾਂ ਦਾ ਕੋਈ ਆਸਰਾ ਨਹੀਂ, ਜਿਨ੍ਹਾਂ ਦੀ ਕੋਈ ਬਾਂਹ ਨਹੀਂ ਫੜਦਾ। ਮੇਰੀ ਸੱਚੀ ਸਰਕਾਰ, ਮੇਰੇ ਮਾਲਿਕ ਉਸਦੀ ਬਾਂਹ ਫੜਦੀ, ਜਿਨ੍ਹਾਂ ਦੇ ਦਰਬਾਰ 'ਤੇ ਆਉਣ ਵਾਲਾ ਹਰ ਦੁਖੀ ਸੁਖੀ ਹੋ ਕੇ ਜਾਂਦਾ ਹੈ, ਜੋ ਮੇਰੇ ਪੀਰ, ਮੇਰੇ ਮੁਰਸ਼ਦ, ਮੇਰੇ ਸੱਚੇ ਮਾਲਿਕ, ਉਹਨਾਂ ਦੀਆਂ ਝੋਲੀਆਂ ਰਹਿਮਤਾਂ ਨਾਲ, ਬਰਕਤਾਂ ਨਾਲ, ਖੁਸ਼ੀਆਂ ਨਾਲ ਪਾਉਂਦੇ। ਉਹਨਾਂ ਆਪਣੇ ਪਿਆਰੇ ਸੱਚੇ ਸੁੱਚੇ ਅਤੇ ਉੱਚੇ ਮਾਲਕਾਂ ਬਾਰੇ ਕਹਿ ਰਿਹਾ। ਤੁਸੀਂ ਤਾਂ ਬੜੇ ਭਾਗਾਂ ਵਾਲੇ ਹੋ, ਤੁਹਾਡੇ 'ਤੇ ਮਾਲਕ ਦੀ ਰਹਿਮਤ ਹੋਈ ਹੈ ਜੋ ਉਹਨਾਂ ਨੇ ਤੁਹਾਨੂੰ ਆਪ ਆਪਣੇ ਦਰਬਾਰ 'ਚ ਬੁਲਾਇਆ। ਪਰ ਉਹਨਾਂ ਨੂੰ ਸਾਡੇ ਬਾਰੇ ਕਿੱਦਾਂ ਪਤਾ ਲੱਗਿਆ? ਮੇਰੇ ਮਾਲਕ ਤਾਂ ਜਾਨੀ ਜਾਨ ਨੇ, ਉਹ ਹਰ ਜੀਵ ਦਾ ਦੁੱਖ ਸਮਝਦੇ ਨੇ। ਕੀ ਉਹ ਸਾਡੇ ਦੁੱਖ ਵੀ ਦੂਰ ਕਰ ਦੇਣਗੇ? ਕਿਉਂ ਨਹੀਂ ਦੂਰ ਹੋਣਗੇ? ਜੇ ਤੁਸੀਂ ਉਹਨਾਂ ਦੇ ਦਰਬਾਰ 'ਤੇ ਸੱਚੇ ਦਿਲੋਂ ਜਾਓਗੇ ਤੇ ਜੋ ਵੀ ਮੰਗੋਗੇ, ਮੇਰੇ ਸੱਚੇ ਮਾਲਕ ਤੁਹਾਡੀ ਹਰ ਮੁਰਾਦ ਪੂਰੀ ਕਰਨਗੇ। ਮਾਲਕਾਂ ਦਾ ਦਰਬਾਰ ਕਿੰਨੀ ਕੁ ਦੂਰ ਹੈ? ਅਸੀਂ ਉੱਥੇ ਕਿਵੇਂ ਜਾ ਸਕਦੇ ਹਾਂ? ਮੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਮੈਨੂੰ ਮਾਲਕ ਜੀ ਨੇ ਆਪਣੀ ਸਵਾਰੀ ਦੇ ਕੇ ਭੇਜਿਆ, ਮੈਂ ਤੁਹਾਨੂੰ ਤੇ ਤੁਹਾਡੇ ਬੇਟੇ ਨੂੰ ਨਾਲ ਲੈ ਕੇ ਜਾਵਾਂ। ਬਸ ਤੁਸੀਂ ਤਿਆਰ ਹੋ ਜਾਓ, ਨਾਲ ਆਪਣੇ ਬੇਟੇ ਨੂੰ ਲੈ ਜਲਦੀ ਜਲਦੀ। ਚਲੋ ਠੀਕ ਆ, ਮੈਂ ਆਪਣੇ ਬੇਟੇ ਨੂੰ ਜਲਦੀ ਜਲਦੀ ਤਿਆਰ ਕਰਕੇ ਲੈ ਕੇ ਆਉਂਦੀ। ਆ ਜਾਓ ਤੁਸੀਂ ਵੀ। ਚਲੋ ਵਿੱਚ ਕੰਮ ਕਰਦੀ ਹਾਂ, ਜਿੰਨੇ ਵੀ ਪੈਸੇ ਬਣਦੇ ਆ ਉਹ ਨਹੀਂ ਦਿੰਦਾ, ਉਹ ਕਹਿੰਦਾ ਤੇਰੇ ਵਿਆਜ ਦੇ ਵਿੱਚ ਕੱਟੇਗਾ, ਹੁਣ ਫੇਰ ਵੀ ਮੇਰੇ ਘਰ ਤੇ ਕਬਜ਼ਾ ਕਰਨਾ ਚਾਹੁੰਦਾ। ਤੁਹਾਨੂੰ ਪਤਾ ਤੁਹਾਨੂੰ ਮਾਲਕਾਂ ਨੇ ਆਪਣੇ ਦਰ ਤੇ ਕਿਉਂ ਬੁਲਾਇਆ?
तुहाडे जीवन दीआं सारीआं परेशानियां सारीआं तकलीफां दुखां दूर करन वास्ते ही तुहानूं अपने दर ते सद्दिआ। जाओ, अज तो जमींदार तुहाडे कोल पैसे नहीं मंगेगा, बल्कि उल्टा तुहानूं पैसे देण तुहाडे घर आएगा। होर दसो, तुहाडी की फरियाद है? मालक जी, ये मेरा मुंडा आ, इहनूं जन्म तो ही दिखाई नहीं दिंदा, इहदे ते तुसीं किरपा कर दिओ, होर इस तों वध मैनूं कुछ नहीं चाहीदा। बेटा, जरा उस मालिक दा नाम लैके अपनी अखां ते हथ फेर। देख, मालिक दी रहमत नाल तेरी अखां ठीक है। मां, मैनूं दिखण लग पिया। सदा ही अपनी रहमत रखेंगे। जय मालकानी। हर 11वीं ते आके दरबार ते मत्था टेक जाया करो। जय मालकानी। मालक जी, तुसी मेरे ते बहुत वड्डी रहमत कीती, मैं सारी उम्र तुहाडे दरबार ते गुण गाऊंगी, ते 11वीं रोज ते मैं तुहाडे दरबार ते निहार चढ़ाऊंगी। जय मालकां दी। जय मालकां। जय मालकां। जय मालकां। जय मालकां। जय मालकां। जय मालकां। आज ते बड़ा सजा सवरे जा रहा है बेगम। जे ईद नु नहीं सजा सवरांगे तो फिर कदों सवरांगे? भई ओ ते गल तुहाडी ठीक है बेगम, पर मेनू ना भूख बहुत लगी है, जे कुछ खान नु हो जांदा ते मजा ही आ जांदा। देखिए जी, ईद है ते चांद देखण तो बगैर तुसी किस तरह खाना खा सकदे हो? चांद ता मैं देख रहा हां बेगम। चांद देख रहे हो? किथे देख रहे हो चांद? ओ देखो, वालेकुम सलाम फैजल, बड़े दिनों बाद मिले हैं यार, तू ईदी लैन भी नहीं आया। हुण ना जन्ना। अच्छा हाँ, हैदर दा की हाल चाल है? फैजल, जो जो जमाना अगे बढ़ रहा है ना, जिंदगी दी रफ्तार तेज होई जा रही है। सालां दे साल बीत गए, पता ही नहीं लग्या समा केड़े वेले खंभ ला के उड़ गया, ते अपना हैदर गली दे बच्चियां विच इक नंबर दा शरारती हो गया। हाँ भाई जान, तुसी बिलकुल ठीक कह रहे हो, आदमी अपने कम्मां कारां च इन्ना का रुझ गया है कि उहनूं टाइम दा पता ही नहीं चलता, बस एक अग्गे वधण दी दौड़ जी लगी हुई है। पर इस दौर विच आदमी नूं ना अपनी फैमिली नूं नहीं भुलना चाहिए। नाले फैजल, बड़े दिन हो गए तू घर नहीं आया, आई किसे दिन घर, हैदर होर भी शरारती हो गया, एक मिनट भी टिक के नहीं बैठता। भाई जान, ऐही उम्र दा बच्चियां दे खेलण दी हुंदी है, अग्गे जाके तां पढ़ाइयां तो ही नहीं वेल मिलदी, नाले अपना हैदर जे शरारता जे नंबर वन आ ना अज, अग्गे जाके पढ़ाई च भी होऊ। देख भाई फैजल, जे कि हैदर अपने अबू तो चला गया फिर तो पढ़ाई च नंबर वन होगा, तो जे कि अपने चाचे तो चला गया फिर तेरी तरह रोज मास्टर को कुट खा के आया करूंगा। तुसी भी केड़ियां गल्लां याद करा रहे हो भाई जान, तेरा भी दिल करता छाल मार के अपने बचपन विच चला जावा। जे बचपन विच वापस जाना ना
ਕਿਸੇ ਦਿਨ ਘਰ ਆਈ। ਹੈਦਰ ਵੀ ਤੇਰੇ ਵਾਂਗੂ ਬਹੁਤ ਸ਼ਰਾਰਤੀ ਹੈ। ਫਿਰ ਤਾਂ ਚਾਚੇ ਭਤੀਜੇ ਦੀ ਜੋੜੀ ਖੂਬ ਜੰਮੂਗੀ। ਠੀਕ ਹੈ ਭਾਈ ਜਾਨ, ਮੈਂ ਕੋਈ ਕੰਮ ਜਾਣਾ, ਫਿਰ ਜ਼ਰੂਰ ਆਊਂਗਾ ਘਰ। ਚੰਗਾ ਭਲਾ ਗਿੱਲੀ ਦੇ ਮੁੰਡਿਆਂ ਨਾਲ ਖੇਲਦਾ ਪਿਆ ਸੀ, ਪਤਾ ਨੀ ਇੱਕਦਮ ਕੀ ਹੋ ਗਿਆ, ਸਾਰਾ ਸਰੀਰ ਬੁਖਾਰ ਨਾਲ ਤਪ ਰਿਹਾ ਹੈ। ਇਹਦੇ ਆਪੂ ਆ ਜਾਣ ਤੇ ਉਹਨਾਂ ਨੂੰ ਪਿੰਡ ਦੇ ਡਾਕਟਰ ਕੋਲ ਭੇਜਦੀ ਆ। ਬੇਟਾ ਹੁਣ ਕਿਵੇਂ ਆ? ਅੰਮੀ ਸਿਰ ਜਿਹਾ ਦੁਖੀ ਜਾਂਦਾ। ਦਵਾਈ ਦੇ ਦੇਣੀ ਸੀ। ਮੈਂ ਕਿਹਾ ਜੀ ਤੁਸੀਂ ਜਾ ਕੇ ਪਿੰਡ ਵਾਲੇ ਡਾਕਟਰ ਨੂੰ ਬੁਲਾ ਲਿਓ। ਹੈਦਰ ਬੇਟਾ ਮੈਂ ਲਿਆਉਣਾ ਡਾਕਟਰ ਨੂੰ ਬੁਲਾ ਕੇ। ਸਰਦਾਰ ਜੀ ਮੈਂ ਤੁਹਾਡੇ ਵੱਲ ਹੀ ਆਉਣ ਲੱਗੀ ਸੀ, ਹੁਣ ਮੈਂ ਤੁਹਾਡੇ ਸਾਰੇ ਪੈਸੇ ਮੋੜ ਦਊਂਗੀ। ਗੋਮਤੀ ਮੈਂ ਤੇਰੇ ਕੋਲੋਂ ਵਿਆਜ ਵਸੂਲ ਕਰਕੇ ਪਹਿਲਾਂ ਹੀ ਬਹੁਤ ਰਕਮ ਲੈ ਚੁੱਕਾ ਹਾਂ। ਮੈਂ ਤੇਰੇ ਕੋਲੋਂ ਜੋ ਵੀ ਫਾਲਤੂ ਰਕਮ ਲਈ ਹੈ ਤੈਨੂੰ ਵਾਪਸ ਕਰਨ ਆਇਆ ਹਾਂ, ਅਤੇ ਅੱਗੇ ਤੋਂ ਤੈਨੂੰ ਖੇਤਾਂ ਵਿੱਚ ਕੰਮ ਕਰਨ ਆਉਣ ਦੀ ਲੋੜ ਨਹੀਂ। ਗੋਮਤੀ ਆਹ ਲੈ ਪੈਸੇ, ਤੂੰ ਇਹਨਾਂ ਪੈਸਿਆਂ ਨਾਲ ਕੋਈ ਕੰਮਕਾਰ ਸ਼ੁਰੂ ਕਰ। ਜੇ ਤੈਨੂੰ ਪੈਸਿਆਂ ਦੀ ਹੋਰ ਲੋੜ ਹੋਈ ਨਾ ਤੂੰ ਮੈਨੂੰ ਦੱਸੀ, ਵਿਆਜ ਦੀ ਪਰਵਾਹ ਨਾ ਕਰੀ। ਵਿਆਜ ਨਹੀਂ ਹੁਣ ਮੈਂ ਲੈਣਾ ਤੇਰੇ ਕੋਲ। ਚੰਗਾ ਮੈਂ ਚੱਲਦਾ। ਹੇ ਮੇਰੇ ਮਾਲਕ, ਇਹ ਸਭ ਤੁਹਾਡੀ ਕਿਰਪਾ ਹੈ, ਤੁਸੀਂ ਸਭ ਕਰਨ ਵਾਲੇ ਹੋ। ਹੈਦਰ ਦੇ ਅੱਬੂ ਮੈਨੂੰ ਹੈਦਰ ਦੀ ਬਹੁਤ ਚਿੰਤਾ ਹੋ ਰਹੀ ਹੈ, ਪਿੰਡ ਦੇ ਡਾਕਟਰ ਦੀ ਦਵਾਈ ਦਾ ਵੀ ਜ਼ਰਾ ਅਸਰ ਨਹੀਂ ਹੋਇਆ, ਇੱਕ ਹਫ਼ਤਾ ਹੋ ਚੱਲਿਆ ਹੈ, ਮੇਰੇ ਨਾਲ ਚੰਗੀ ਤਰ੍ਹਾਂ ਗੱਲ ਵੀ ਨਹੀਂ ਕੀਤੀ, ਬਸ ਸੁੱਤਾ ਹੀ ਰਹਿੰਦਾ ਹੈ। ਉਹ ਤੂੰ ਐਵੀਂ ਚਿੰਤਾ ਨਾ ਕਰ, ਡਾਕਟਰ ਨੇ ਦਵਾਈ ਚੰਗੀ ਤਰ੍ਹਾਂ ਦੇਖ ਕੇ ਦਿੱਤੀ ਹੈ, ਤੂੰ ਦੇਖੀ ਆਪਣੇ ਹੈਦਰ ਨੇ ਬੜੀ ਜਲਦੀ ਠੀਕ ਹੋ ਜਾਣਾ। ਮਸਾਂ ਹੀ ਪੀਰਾਂ ਕੋਲੋਂ ਮੰਗ ਕੇ ਲਿਆ ਸੀਗਾ, ਮੈਨੂੰ ਤਾਂ ਹੈਦਰ ਦੀ ਬਹੁਤ ਚਿੰਤਾ ਹੋ ਰਹੀ ਹੈ। ਆਪਣੇ ਪੜੋਸੀਆਂ ਦਾ ਬੇਟਾ ਵੀ ਬਹੁਤ ਬਿਮਾਰ ਹੋਇਆ ਸੀ, ਪਰ ਪਿੰਡ ਦੇ ਡਾਕਟਰ ਕੋਲੋਂ ਰਮਾਨ ਨਹੀਂ ਆਇਆ ਉਹਨੂੰ, ਉਹ ਸ਼ਹਿਰੋਂ ਦਵਾਈ ਲੈ ਕੇ ਆਇਆ ਸੀ ਅਤੇ ਠੀਕ ਹੋ ਗਿਆ। ਅਸੀਂ ਵੀ ਹੈਦਰ ਨੂੰ ਸ਼ਹਿਰ ਲੈ ਚੱਲੀਏ। ਬਈ ਠੀਕ ਹੈ, ਅੱਜ ਮੈਂ ਸ਼ਹਿਰ ਹੀ ਚੱਲਿਆ, ਉੱਥੇ ਮੈਂ ਕਿਸੇ ਚੰਗੇ ਜਿਹੇ ਡਾਕਟਰ ਨੂੰ ਮਿਲ ਕੇ ਆਵਾਂਗਾ ਅਤੇ ਫਿਰ ਆਪਾਂ ਹੈਦਰ ਨੂੰ ਸ਼ਹਿਰ ਲੈ ਚੱਲਾਂਗੇ। ਹੈਦਰ ਦੇ ਅੱਬੂ ਕਿਉਂ ਨਾ ਅਸੀਂ ਇਹਨੂੰ ਹੁਣੇ ਹੀ ਸ਼ਹਿਰ ਵਾਲੇ ਡਾਕਟਰ ਕੋਲ ਲੈ ਚੱਲੀਏ, ਕਿਉਂਕਿ ਪਿੰਡ ਵਾਲੇ ਡਾਕਟਰ 'ਤੇ ਮੈਨੂੰ ਜ਼ਰਾ ਵੀ ਭਰੋਸਾ ਨਹੀਂ ਹੈ। ਤੂੰ ਚਿੰਤਾ ਨਾ ਕਰ, ਚੱਲ ਹੁਣੇ ਚੱਲਦੇ ਹਾਂ, ਉਠਾਇਆ ਨੂੰ। ਹੈਦਰ ਬੇਟਾ ਉੱਠੋ, ਬੇਟਾ ਉੱਠ, ਬੇਟਾ ਉੱਠੋ। ਡਾਕਟਰ ਸਾਹਿਬ ਤੁਸੀਂ ਸਾਰੇ ਟੈਸਟ ਕਰ ਲਏ, ਹੁਣ ਸਾਡਾ ਹੈਦਰ ਠੀਕ ਹੋ ਜਾਏਗਾ ਨਾ? ਦੇਖੋ ਨੁਸਰਤ ਜੀ, ਮੈਂ ਤਾਂ ਸਾਰੀਆਂ ਰਿਪੋਰਟਾਂ ਚੈੱਕ ਕਰ ਲਈਆਂ, ਪਰ ਰਿਪੋਰਟ ਵਿੱਚ ਟਾਈਫਾਇਡ ਮਲੇਰੀਆ ਕੁਛ ਵੀ ਨਹੀਂ ਆ ਰਿਹਾ। ਮੈਂ ਫਿਰ ਵੀ ਉਹਨੂੰ ਮੈਡੀਸਨ ਦੇ ਦੇਣਾ, ਉਹ ਤੁਸੀਂ ਉਹਨੂੰ ਟਾਈਮ 'ਤੇ ਦਿੰਦੇ ਰਹੋ, ਉਹਨਾਂ ਫਰਕ ਪੈ ਜਾਏਗਾ। ਰਾਹੁਲ ਇੱਕ ਪੈਸੀਡੋਨ ਅਤੇ ਨਿਲਮੋਸਨ ਦੇ ਦੇ। ਡਾਕਟਰ ਸਾਹਿਬ ਸਾਡਾ ਬੇਟਾ ਇੱਕ ਹਫ਼ਤੇ ਤੋਂ ਬਿਮਾਰ ਹੈ, ਔਰ ਤੁਸੀਂ ਕਹਿ ਰਹੇ ਹੋ ਕਿ ਇਹ ਰਿਪੋਰਟਾਂ ਦੇ ਵਿੱਚ ਕੁਛ ਖਾਸ ਪਤਾ ਨਹੀਂ ਲੱਗ ਰਿਹਾ। ਮੈਨੂੰ ਤਾਂ ਕੋਈ ਮਾਮੂਲੀ ਬੁਖਾਰ ਹੀ ਲੱਗਦਾ। ਡਾਕਟਰ ਸਾਹਿਬ ਜੇ ਇਹ ਕੋਈ ਮਾਮੂਲੀ ਬੁਖਾਰ ਹੁੰਦਾ ਤਾਂ ਹੁਣ ਤੱਕ ਤਾਂ ਉੱਤਰ ਜਾਣਾ ਸੀਗਾ। ਤੁਸੀਂ ਪਿੰਡ ਦੇ ਡਾਕਟਰ ਤੋਂ ਦਵਾਈ ਲੈਂਦੇ ਰਹੇ ਹੋ, ਉਹਨੇ ਦਵਾਈ ਠੀਕ ਨਹੀਂ ਦਿੱਤੀ, ਨਹੀਂ ਤਾਂ ਹੁਣ ਤੱਕ ਇਹਨੇ ਠੀਕ ਹੋ ਜਾਣਾ ਸੀ। ਮੈਂ ਜਿਹੜੀ ਦਵਾਈ ਦੇਵਾਂਗਾ ਉਹਦੇ ਨਾਲ ਇਹ ਠੀਕ ਹੋ ਜਾਏਗਾ, ਤੁਸੀਂ ਚਿੰਤਾ ਨਾ ਕਰੋ। ਠੀਕ ਹੈ ਡਾਕਟਰ ਸਾਹਿਬ, ਅਸੀਂ ਚੱਲਦੇ ਹਾਂ। ਬਸ ਤੁਸੀਂ ਹੈਜਤ ਨੂੰ ਮੈਡੀਸਨ ਟਾਈਮ 'ਤੇ ਦਿੰਦੇ ਰਹੋ। ਠੀਕ ਹੈ ਡਾਕਟਰ ਸਾਹਿਬ, ਆਓ ਬੇਟਾ ਚੱਲੀ।
ਫਾਇਦਾ ਹੁੰਦਾ ਨਾ ਅਸੀਂ ਪਹਿਲਾਂ ਹੀ ਸ਼ਹਿਰ ਦੇ ਡਾਕਟਰ ਕੋਲ ਜਾਣਾ ਸੀਗਾ ਐਵੇਂ ਪਿੰਡ ਦੇ ਡਾਕਟਰ ਕੋਲ ਧੱਕੇ ਖਾਂਦੇ ਰਹੇ ਹੁਣ ਤੇ ਅੱਲਾਹ ਕੋਲ ਇਹੀ ਫਰਿਆਦ ਹੈ ਕਿ ਮੇਰਾ ਹੈਦਰ ਜਲਦੀ ਨਾਲ ਠੀਕ ਹੋ ਜਾਵੇ ਤੂੰ ਫਿਕਰ ਨਾ ਕਰ ਆਪੇ ਅੱਲਾਹ ਮਿਹਰ ਕਰੂ ਕੀ ਹੋਇਆ ਇਸ ਬੱਚੇ ਨੂੰ ਤੁਸੀਂ ਇਹਨੂੰ ਕਿੱਥੇ ਲੈ ਕੇ ਜਾ ਰਹੇ ਹੋ ਬਾਬਾ ਜੀ ਨੂੰ ਬੁਖਾਰ ਹੈ ਕਈ ਦਿਨ ਹੋ ਗਏ ਠੀਕ ਹੀ ਨਹੀਂ ਹੋ ਰਿਹਾ ਅਸੀਂ ਬਹੁਤ ਪਰੇਸ਼ਾਨ ਹੈ ਬਾਬਾ ਜੀ ਇਹ ਬੱਚਾ ਪੀਰਾਂ ਦਾ ਹੈ ਇਸ ਦੀ ਬਿਮਾਰੀ ਵੀ ਪੀਰ ਹੀ ਠੀਕ ਕਰਨਗੇ ਪੀਰ ਹੀ ਠੀਕ ਕਰਨਗੇ ਪੀਰ ਹੀ ਠੀਕ ਕਰਨਗੇ ਕੀ ਹੋ ਗਿਆ ਵੀ ਗੱਡੀ ਨੂੰ ਪਤਾ ਨਹੀਂ ਮਾਲਕ ਜੀ ਮੈਂ ਹੁਣੇ ਵੇਖਦਾ ਹਾਂ ਵੀ ਗੁਰਮੇਲ ਪਤਾ ਲੱਗਾ ਗੱਡੀ 'ਚ ਕੀ ਨੁਕਸ ਹੈ ਪਤਾ ਨਹੀਂ ਮਾਲਕ ਜੀ ਕੁਝ ਸਮਝ ਨਹੀਂ ਆ ਰਿਹਾ ਇੱਥੇ ਤਾਂ ਸਭ ਕੁਝ ਠੀਕ ਹੀ ਲੱਗ ਰਿਹਾ ਜਾਂ ਫਿਰ ਉਹ ਸਾਹਮਣੇ ਘਰ ਨਜ਼ਰ ਆਉਂਦਾ ਨਾ ਹਾਂਜੀ ਉਸ ਘਰ 'ਚੋਂ ਪਾਣੀ ਲੈ ਕੇ ਆ ਉਸੇ ਘਰ 'ਚੋਂ ਲੈ ਕੇ ਆਉਣਾ ਕਿਸੇ ਹੋਰ ਘਰ 'ਚੋਂ ਨਹੀਂ ਜੋ ਹੁਕਮ ਮਾਲਕ ਜੀ ਸਾਡੇ ਮਾਲਕ ਜੀ ਦੀ ਗੱਡੀ ਖਰਾਬ ਹੋ ਗਈ ਹੈ ਉਹਨਾਂ ਨੂੰ ਪੀਣ ਲਈ ਪਾਣੀ ਚਾਹੀਦਾ ਕੌਣ ਨੇ ਤੁਹਾਡੇ ਮਾਲਕ ਜੀ ਮੇਰੇ ਮਾਲਕ ਉਹ ਤਾਂ ਪੀਰਾਂ ਦੇ ਪੀਰ ਨੇ ਲੋਕਾਂ ਦਾ ਦੁੱਖ ਦੂਰ ਕਰਨ ਵਾਲੇ ਉਸ ਮਾਲਕ ਦੇ ਭੇਜੇ ਹੋਏ ਫਕੀਰ ਹਨ ਮੈਂ ਹੁਣੇ ਲੈ ਕੇ ਆਈ ਮੈਂ ਕਿਹਾ ਜੀ ਸਾਡੇ ਘਰ ਦੇ ਬਾਹਰ ਕੋਈ ਫਕੀਰ ਆਏ ਨੇ ਉਹਨਾਂ ਦਾ ਸੇਵਕ ਸਾਡੇ ਘਰੋਂ ਪਾਣੀ ਲੈਣ ਆਇਆ ਆਪਾਂ ਨੂੰ ਉਹਨਾਂ ਦੇ ਦਰਸ਼ਨ ਕਰਨ ਜਾਣਾ ਚਾਹੀਦਾ ਹਾਂ ਹਾਂ ਤੂੰ ਠੀਕ ਕਹਿੰਦੀ ਹੈ ਸ਼ਾਇਦ ਉਹਨਾਂ ਦੇ ਦਰਸ਼ਨ ਕਰਕੇ ਹੀ ਸਾਡੇ ਦੁੱਖ ਦੂਰ ਹੋ ਜਾਣ ਅਸੀਂ ਵੀ ਮਾਲਕਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਕਿਉਂ ਨਹੀਂ ਜੀ ਜ਼ਰੂਰ ਆ ਜਾਓ ਮਾਲਕ ਜੀ ਅਸੀਂ ਤੁਹਾਡੇ ਦਰਸ਼ਨ ਕਰਕੇ ਧੰਨ ਹੋ ਗਏ ਸਾਡੇ ਲਈ ਕੋਈ ਹੋਰ ਸੇਵਾ ਦੱਸੋ ਤੁਸੀਂ ਦੱਸੋ ਤੁਹਾਨੂੰ ਕੀ ਚਾਹੀਦਾ ਹੈ ਮਾਲਕ ਜੀ ਸਾਨੂੰ ਕੁਝ ਨਹੀਂ ਚਾਹੀਦਾ ਤੁਹਾਡਾ ਬੇਟਾ ਇੰਨੇ ਦਿਨਾਂ ਤੋਂ ਬਿਮਾਰ ਹੈ ਕਿ ਤੁਸੀਂ ਨਹੀਂ ਚਾਹੁੰਦੇ ਉਹ ਠੀਕ ਹੋਵੇ ਮਾਲਕ ਜੀ ਅਸੀਂ ਬਹੁਤ ਸਾਰੇ ਡਾਕਟਰਾਂ ਨੂੰ ਦਿਖਾਇਆ ਪਰ ਕਿਤੋਂ ਆਰਾਮ ਨਹੀਂ ਆਇਆ ਠੀਕ ਹੋ ਜਾਣਾ
ਬੱਚਾ ਹੁਣ ਬਿਲਕੁਲ ਠੀਕ ਹੋ ਗਿਆ ਹੈ। ਚੰਗਾ ਅਸੀਂ ਹੁਣ ਚੱਲਦੇ ਹਾਂ। ਮੇਰਾ ਬੱਚਾ ਠੀਕ ਹੋ ਗਿਆ, ਮੇਰਾ ਬੱਚਾ ਠੀਕ ਹੋ ਗਿਆ, ਮੇਰਾ ਬੱਚਾ ਠੀਕ ਹੋ ਗਿਆ, ਮੇਰਾ ਬੱਚਾ ਠੀਕ ਹੋ ਗਿਆ। ਗੁਰਮੇਲ ਚੱਲ ਗੱਡੀ ਸਟਾਰਟ ਕਰ। ਮਾਲਕ ਜੀ ਆ ਗਈ। ਮਾਲਕ ਜੀ ਕਾਰ ਕਿਵੇਂ ਸਟਾਰਟ ਹੋ ਗਈ? ਮੈਂ ਤਾਂ ਕੁਝ ਕੀਤਾ ਵੀ ਨਹੀਂ। ਕਾਰ ਖਰਾਬ ਹੋਣਾ ਤਾਂ ਇੱਕ ਬਹਾਨਾ ਸੀ, ਅਸੀਂ ਤਾਂ ਉਸ ਬੱਚੇ ਦਾ ਦੁੱਖ ਦੂਰ ਕਰਨਾ ਸੀ। ਜੈ ਹੋ ਮਾਲਕਾਂ ਦੀ ਜੈ ਹੋ। ਮਾਲਕ ਜੀ ਨੇ ਕਿਰਪਾ ਕੀਤੀ। ਮਾਲਕ ਜੀ, ਮਾਲਕ ਜੀ ਕਿੱਥੇ ਨੇ? ਮਾਲਕ ਜੀ ਕਿੱਥੇ ਨੇ? ਸਾਨੂੰ ਮਾਲਕ ਜੀ ਦਾ ਸ਼ੁਕਰੀਆ ਕਰਨਾ ਚਾਹੀਦਾ। ਮਨ ਤਾਂ ਲੱਗਦਾ ਉਹ ਮਾਲਕ ਉਸ ਵਕੀਲ ਦੇ ਰੂਪ ਚ ਮੇਰੇ ਬੱਚੇ ਨੂੰ ਠੀਕ ਕਰਨ ਆਏ ਸੀ। ਜੈ ਮਾਲਕਾਂ ਦੀ ਜੈ ਮਾਲਕਾਂ ਦੀ ਜੈ ਮਾਲਕਾਂ ਦੀ ਜੈ ਮਾਲਕਾਂ ਦੀ ਜੈ ਮਾਲਕਾਂ। ਮੈਂ ਕਿਹਾ ਜੀ ਹੈਦਰ ਕਦੋਂ ਠੀਕ ਹੋ ਜਾਏਗਾ? ਜਲਦੀ ਠੀਕ ਹੋ ਜਾਏਗਾ, ਅੱਲਾ ਚਾਹੇਗਾ ਬਹੁਤ ਜਲਦੀ ਠੀਕ ਹੋ ਜਾਏਗਾ। ਤੂੰ ਦਵਾਈ ਦਿੱਤੀ ਹੈਦਰ ਨੂੰ? ਹਾਂ ਮੈਂ ਦੇਣ ਚੱਲੀ। ਦੇ ਕੇ ਆਓ ਫਾਤਿਮਾ, ਦਵਾਈ ਦਵੋ ਹੈਦਰ ਨੂੰ। ਉਹਨੇ ਦੇਖਿਆ ਨਹੀਂ। ਹੈਦਰ, ਹੈਦਰ ਬੇਟਾ ਹੁਣ ਕਿਵੇਂ ਬੁਖਾਰ ਤੇਰਾ? ਹੈਦਰ ਬੇਟਾ ਬੋਲਦਾ ਕਿਉਂ ਨਹੀਂ? ਮੈਂ ਕਿਹਾ ਹੈਦਰ ਦੇ ਅੱਬੂ ਇੱਧਰ ਆਇਓ। ਹਾਂ ਆ ਦੇਖਿਓ ਹੈਦਰ ਬੋਲਦਾ ਨਹੀਂ। ਹੈਦਰ ਕੀ ਗੱਲ ਹੋ ਗਈ, ਬੋਲ ਨਹੀਂ ਰਿਹਾ ਹੈਦਰ? ਨਾਲੋਂ ਦਰਦ ਕੁਝ ਘਟਿਆ? ਨਹੀਂ ਹਲੇ ਵੀ ਦਰਦ ਉਦਾਂ ਹੀ ਆ। ਬਾਪੂ ਜੀ ਬਾਹਰ ਗਏ ਹੋਏ ਨੇ, ਆਉਂਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਕਿ ਡਾਕਟਰ ਨੂੰ ਲੈ ਕੇ ਆਉਣ। ਰਣਵੀਰ ਪੁੱਤਰ ਦਰਦ ਵਿੱਚ ਕੋਈ ਫਰਕ ਪਿਆ? ਨਹੀਂ ਬਾਪੂ ਜੀ, ਦਰਦ ਹਲੇ ਵੀ ਉਦਾਂ ਹੀ ਆ। ਉਹ ਤੂੰ ਦਵਾਈ ਖਾਧੀ ਸੀ? ਹਾਂਜੀ ਹੁਣੇ ਖਾਧੀ ਸੀ। ਤੂੰ ਫਿਕਰ ਨਾ ਕਰ, ਡਾਕਟਰ ਸਾਹਿਬ ਮੈਨੂੰ ਬਾਹਰ ਹੀ ਮਿਲੇ ਸੀ, ਉਹ ਕਿਧਰੇ ਕੰਮ ਗਏ ਆ, ਵਾਪਸੀ ਤੇ ਇੱਧਰੋਂ ਹੋ ਕੇ ਹੀ ਜਾਣਗੇ। ਬਾਪੂ ਜੀ ਕਿੰਨੇ ਦਿਨ ਹੋ ਗਏ ਇਹਨਾਂ ਦੇ ਦਰਦ ਹਲੇ ਤੱਕ ਠੀਕ ਨਹੀਂ ਹੋਇਆ। ਕੁੜੀਏ ਤੂੰ ਜ਼ਿਆਦਾ ਫਿਕਰ ਨਾ ਕਰਿਆ ਕਰ, ਸਭ ਠੀਕ ਹੋ ਜਾਊਗਾ। ਲੱਗਦਾ ਡਾਕਟਰ ਸਾਹਿਬ ਆ ਗਏ, ਮੈਂ ਉਹਨਾਂ ਨੂੰ ਲੈ ਕੇ ਆਉਣਾ। ਡਾਕਟਰ ਸਾਹਿਬ ਆ ਗਏ, ਹੁਣ ਤੁਹਾਡਾ ਦਰਦ ਠੀਕ ਹੋ ਜਾਏਗਾ। ਰਣਵੀਰ ਉਹ ਦਰਦ ਦਾ ਕਿਵੇਂ ਆ? ਡਾਕਟਰ ਸਾਹਿਬ ਦਰਦ ਤਾਂ ਬਰਦਾਸ਼ਤ ਤੋਂ ਬਾਹਰ ਆ। ਉਹ ਨਾ ਘਬਰਾ, ਹੁਣੇ ਚੈੱਕ ਕਰ ਲੈਂਦੇ ਆਪਾਂ। ਮੈਂ ਹੱਥ ਥੋੜਾ ਪਰਾ ਆ ਚੀਜ਼ 'ਚ ਦਰਦ ਹੋ ਰਿਹਾ ਇੱਥੇ? ਤੂੰ ਦਰਦਾਂ ਤੋਂ ਡਰੀ ਜਿੰਨਾ ਯਾਰ ਹੱਥ ਹੋ ਗਈਆਂ ਕਿਤੇ ਇੱਥੇ ਆ ਰਹਾ। ਅੱਛਾ
ਗੱਲ ਤੁਹਾਡੀ ਕੁਝ ਸਮਝ ਨਹੀਂ ਆ ਰਹੀ। ਇੱਦਾਂ ਕਰੋ, ਮੈਂ ਕੁਝ ਦਵਾਈਆਂ ਭੇਜ ਦਿੰਦਾ ਅਤੇ ਤੁਸੀਂ ਰਣਵੀਰ ਨੂੰ ਉਹ ਦਵਾਈਆਂ ਦੇਖ ਕੇ ਦੇਖੋ, ਜੇ ਤਾਂ ਕੱਲ੍ਹ ਤੱਕ ਫਰਕ ਪੈ ਗਿਆ ਤਾਂ ਠੀਕ ਆ, ਨਹੀਂ ਤਾਂ ਤੁਸੀਂ ਰਣਵੀਰ ਨੂੰ ਸ਼ਹਿਰ ਲੈ ਜਾਓ। ਠੀਕ ਹੈ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਠੀਕ ਸਮਝੋ। ਠੀਕ ਹੈ ਜੀ, ਫਿਰ ਮੈਂ ਚੱਲਦਾ। ਪਤਾ ਨਹੀਂ ਸਾਡੇ ਕੋਲੋਂ ਕਿਹੜਾ ਗੁਨਾਹ ਹੋ ਗਿਆ ਜਿਹੜਾ ਅੱਲਾ ਨੇ ਸਾਨੂੰ ਉਹਦੀ ਇੰਨੀ ਵੱਡੀ ਸਜ਼ਾ ਦਿੱਤੀ ਹੈ। ਮੈਂ ਕਿੰਨੇ ਸੁਪਨੇ ਸਜਾਏ ਸੀ ਆਪਣੇ ਹੈਦਰ ਵਾਸਤੇ, ਮੈਨੂੰ ਕੀ ਪਤਾ ਸੀ ਕਿ ਮੇਰੇ ਸੁਪਨੇ ਸਿਰਫ ਸੁਪਨੇ ਹੀ ਰਹਿ ਜਾਣਗੇ। ਮੇਰਾ ਹੈਦਰ ਮੈਨੂੰ ਛੱਡ ਕੇ ਚਲਾ ਗਿਆ। ਤੁਸੀਂ ਦਿਲ ਹੌਲਾ ਨਾ ਕਰੋ ਭਾਬੀ ਜੀ, ਮਾਲਕ ਸਭ ਠੀਕ ਕਰਨਗੇ, ਤੁਸੀਂ ਬਸ ਹੌਸਲਾ ਰੱਖੋ। ਹੌਸਲਾ ਕਿਵੇਂ ਰੱਖਾਂ ਫੈਜ਼ਲ, ਇੱਕੋ ਇੱਕ ਤੇ ਪੁੱਤ ਸੀ ਸਾਡਾ, ਉਹ ਵੀ ਰੱਬ ਨੇ ਖੋ ਲਿਆ, ਹੁਣ ਆਪਾਂ ਦੋਵੇਂ ਕਿਤੇ ਸਾਰੇ ਜੀਵਾਂਗੇ। ਭਾਈ ਜਾਨ ਤੁਸੀਂ ਸ਼ਾਇਦ ਭੁੱਲ ਗਏ, ਹੈਦਰ ਦਾ ਜਨਮ ਆਪਣੇ ਘਰ ਮਾਲਕਾ ਦੀ ਰਹਿਮਤ ਨਾਲ ਹੋਇਆ ਸੀ। ਹੈਦਰ ਦੇ ਜਨਮ ਤੋਂ ਬਾਅਦ ਤੁਸੀਂ ਨਿਆਜ਼ ਚੜ੍ਹਾਉਣ ਵੀ ਨਹੀਂ ਗਏ। ਇਹ ਬੱਚਾ ਪੀਲਾਂ ਦਾ, ਇਸਦੀ ਬਿਮਾਰੀ ਵੀ ਪੀਲ ਹੀ ਠੀਕ ਕਰਨਗੇ, ਪੀਲ ਹੀ ਠੀਕ ਕਰਨਗੇ। ਉਸ ਦਿਨ ਰਸਤੇ 'ਚ ਜਿਹੜਾ ਫਕੀਰ ਮਿਲਿਆ ਸੀਗਾ, ਉਹ ਵੀ ਤਾਂ ਹੈਦਰ ਨੂੰ ਦੇਖ ਕੇ ਇਹੀ ਕਹਿ ਰਿਹਾ ਸੀ ਕਿ ਇਹ ਤਾਂ ਪੀਰਾਂ ਦਾ ਬੱਚਾ ਹੈ ਅਤੇ ਇਸਦੀ ਬਿਮਾਰੀ ਦਾ ਇਲਾਜ ਵੀ ਪੀਰ ਹੀ ਕਰਨਗੇ। ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ, ਮੈਂ ਪੀਰਾਂ ਦੇ ਨਿਆਜ਼ ਚੜ੍ਹਾਉਣ ਹੀ ਨਹੀਂ ਗਿਆ। ਮੈਂ ਹੁਣ ਮਾਲਕਾਂ ਦੇ ਦਰ 'ਤੇ ਜਾਵਾਂਗਾ ਅਤੇ ਉਹਨਾਂ ਕੋਲ ਮਾਫ਼ੀ ਮੰਗਾਂਗਾ ਜਾ ਕੇ। ਮੈਂ ਵੀ ਤੁਹਾਡੇ ਨਾਲ ਚੱਲਾਂਗੀ ਜੀ, ਹੋ ਸਕਦਾ ਹੈ ਉਹ ਫਿਰ ਸਾਡੀ ਚੋਲੀ 'ਚ ਇੱਕ ਲਾਲ ਪਾ ਦੇਣ। ਤੁਸੀਂ ਹੈਦਰ ਉਸ ਮਾਲਕ ਤੋਂ ਮੰਗ ਕੇ ਲਿਆ ਸੀ ਔਰ ਤੁਸੀਂ ਉਸ ਮਾਲਕ ਨੂੰ ਹੀ ਭੁੱਲ ਗਏ। ਮਾਲਕ ਜੀ ਸਾਡੇ ਕੋਲੋਂ ਗਲਤੀ ਹੋ ਗਈ, ਅਸੀਂ ਤਾਂ ਤੁਹਾਨੂੰ ਯਾਦ ਦਿਲਾਉਣ ਵਾਸਤੇ ਇੱਕ ਫਕੀਰ ਵੀ ਭੇਜਿਆ ਸੀ ਪਰ ਤੁਹਾਨੂੰ ਫਿਰ ਵੀ ਯਾਦ ਨਾ ਆਇਆ। ਮਾਲਕ ਜੀ ਹੈਦਰ ਸਾਡਾ ਇੱਕੋ ਇੱਕ ਸਹਾਰਾ ਸੀ ਅਤੇ ਹੁਣ ਅਸੀਂ ਇਕੱਲੇ ਰਹਿ ਗਏ ਹਾਂ, ਸਾਡੇ 'ਤੇ ਰਹਿਮਤ ਕਰੋ। ਅਸੀਂ ਉਸ ਮਾਲਕ ਅੱਗੇ ਫਰਿਆਦ ਕਰਾਂਗੇ ਕਿ ਉਹ ਤੁਹਾਡੀ ਚੋਲੀ ਫਿਰ ਦੁਬਾਰਾ ਖੁਸ਼ੀਆਂ ਦੇ ਨਾਲ ਭਰ ਦੇਣ ਅਤੇ ਤੁਹਾਡਾ ਹੈਦਰ ਹੀ ਦੁਬਾਰਾ ਤੁਹਾਡੇ ਘਰ ਜਨਮ ਲਏਗਾ। ਅਸੀਂ ਉਸ ਮਾਲਕ ਦੀ ਰਹਿਮਤ ਦੇ ਰਹੇ ਹਾਂ। ਜੈ ਮਾਲਕਾਂ ਦੀ। ਮਾਲਕ ਜੀ ਮੈਂ 11ਵੀਂ ਵਾਲੇ ਰੋਜ਼ ਤੁਹਾਡੇ ਦਰ 'ਤੇ ਨਿਆਸ ਚੜ੍ਹਾਉਣ ਜ਼ਰੂਰ ਆਵਾਂਗਾ। ਮਾਲਕ ਜੀ ਜੈ ਮਾਲਕਾਂ ਦੀ, ਜੈ ਮਾਲਕਾਂ ਦੀ, ਜੈ ਮਾਲਕਾਂ ਦੀ, ਜੈ ਮਾਲਕਾਂ, ਜੈ ਮਾਲਕਾਂ ਦੀ, ਜੈ ਮਾਲਕਾਂ ਦੀ। ਪੁੱਤਰ ਰਣਵੀਰ ਦੇ ਦਰ 'ਚ ਕੋਈ ਫਰਕ ਪਿਆ? ਨਹੀਂ ਬਾਪੂ ਜੀ, ਹਾਲੇ ਤੱਕ ਤਾਂ ਕੋਈ ਫਰਕ ਨਹੀਂ ਪਿਆ। ਮੈਨੂੰ ਤਾਂ ਬਹੁਤ ਫਿਕਰ ਹੋ ਰਹੀ ਹੈ, ਮੈਂ ਤਾਂ ਕਹਿੰਦੀ ਹਾਂ ਅਸੀਂ ਹੋਰ ਇੰਤਜ਼ਾਰ ਨਾ ਕਰੀਏ, ਅੱਜ ਹੀ ਇਹਨਾਂ ਨੂੰ ਸ਼ਹਿਰ ਵਾਲੇ ਡਾਕਟਰ ਕੋਲ ਲੈ ਚੱਲੀਏ। ਤੂੰ ਠੀਕ ਕਹਿ ਰਹੀ ਹੈ ਧੀਏ, ਆਪਾਂ ਨੂੰ ਦੇਰ ਨਹੀਂ ਕਰਨੀ ਚਾਹੀਦੀ। ਬਾਪੂ ਜੀ ਮੈਨੂੰ ਤਾਂ ਇਹ ਵੀ ਲੱਗਦਾ ਕਿ ਕਿਤੇ ਕਿਸੇ ਨੇ ਇਹਨਾਂ 'ਤੇ ਕੁਛ ਕਰਵਾ ਤਾਂ ਨਹੀਂ ਦਿੱਤਾ। ਤੂੰ ਐਵੇਂ ਇਹ ਫਾਲਤੂ ਵਹਿਮ ਨਾ ਪਾਲੀ ਜਾ, ਕਿਸੇ ਦੇ ਕੀਤਿਆਂ ਕਦੇ ਕੁਝ ਹੁੰਦਾ, ਨਾਲੇ ਜਿਹੜੇ ਗਲੀਆਂ 'ਚ ਫਕੀਰ ਤੁਰੇ ਫਿਰਦੇ ਆ ਨਾ, ਇਹਨਾਂ ਦੇ ਪੱਲੇ ਕੁਝ ਨਹੀਂ ਹੁੰਦਾ, ਇਹ ਤਾਂ ਝੂਠੇ ਪਖੰਡ ਕਰਕੇ ਲੋਕਾਂ ਨੂੰ ਲੁੱਟੀ ਜਾਂਦੇ ਆ। ਮੈਂ ਕੁਛ ਨਹੀਂ ਜਾਣਦੀ, ਮੇਰੇ ਲਈ ਤਾਂ ਇਹਨਾਂ ਦੀ ਬਿਮਾਰੀ ਜਲਦੀ ਤੋਂ ਜਲਦੀ ਠੀਕ ਹੋਣੀ ਚਾਹੀਦੀ ਹੈ। ਠੀਕ ਹੈ ਧੀਏ, ਤੂੰ ਜਾ ਤਿਆਰ ਹੋ, ਆਪਾਂ ਹੁਣੇ ਸ਼ਹਿਰ ਨੂੰ ਚੱਲਦੇ ਹਾਂ ਅਤੇ ਮੈਨੂੰ ਵੀ ਪੱਕਾ ਯਕੀਨ ਹੈ ਕਿ ਸ਼ਹਿਰ ਦੇ ਡਾਕਟਰ ਰਣਵੀਰ ਨੂੰ ਜ਼ਰੂਰ ਠੀਕ ਕਰ ਦੇਣਗੇ। ਠੀਕ ਹੈ ਬਾਪੂ ਜੀ। ਬੇਟੀ ਪੂਜਾ ਕੀ ਹਾਲ ਹੈ ਤੇਰਾ? ਮੈਂ ਤਾਂ ਠੀਕ ਹਾਂ, ਤੁਸੀਂ ਸੁਣਾਓ? ਮੈਂ ਵੀ ਠੀਕ ਹਾਂ। ਹੋਰ ਰਣਵੀਰ ਦਾ ਸੁਣਾ, ਠੀਕ ਹੈ? ਕੀ ਦੱਸਾਂ ਭੂਆ ਜੀ, ਕਿੰਨੇ ਡਾਕਟਰਾਂ ਨੂੰ ਦਿਖਾ ਬੈਠੇ ਹਾਂ ਪਰ ਹਾਲੇ ਤੱਕ ਕੋਈ ਆਰਾਮ ਹੀ ਨਹੀਂ ਆਇਆ। ਡਾਕਟਰਾਂ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਬਿਮਾਰੀ ਕੀ ਆ। ਹੁਣ ਮੇਰੀ ਮਨ, ਇੱਕ ਵਾਰ ਉਹਨੂੰ ਮਾਲਕਾਂ ਦੇ ਦਰਬਾਰ ਲੈ ਜਾ ਅਤੇ ਸਭ ਠੀਕ ਹੋ ਜਾਏਗਾ। ਮਾਲਕਾਂ ਦੇ ਦਰਬਾਰ? ਕਿੱਥੇ ਆ ਉਹ ਦਰਬਾਰ? ਕਾਂਠੀਆਂ ਸ਼ਰੀਫ ਸਰਬ ਸਾਂਝਾ ਦਰਬਾਰ। ਕੀ ਇਹ ਉੱਥੇ ਸੱਚੀ ਠੀਕ ਹੋ ਜਾਣਗੇ? ਕਿਉਂ ਨਹੀਂ ਠੀਕ ਹੋਣਗੇ, ਉਸ ਦਰਬਾਰ 'ਤੇ ਜਾਣ ਵਾਲੇ ਕਦੀ ਕੋਈ ਖਾਲੀ ਹੱਥ ਨਹੀਂ ਮੁੜਦੇ।
अच्छा तो फिर मैं बापू जी ना गल करके इन्हें उसे जरूर लेके जाऊंगी। अच्छा तो मैं फिर चल रही हूँ। मैनू तो इन्हों की बहुत फिक्र हो रही है। डॉक्टर साहब ने सारे टेस्ट कर ले पर रिपोर्टा विच कुछ नहीं आया। किन्ने दिन हो गए इन्हों के दर्द में, हले तक ठीक भी तो नहीं होया। धीए मैं भी यही सोच रहा हूं। बापू जी मैनू लगता है इन्हों ते किसी ने कुछ करवा दिता है। मैं एक फकीर बारे सुनया है, उन्होंने सेवक उन्होंने मालक जी कहते हैं। कांटिया विच उन्हों का डेरा है, उत्थे जाने वाले दे हर दुख दूर होंगे ने। मैं तो कहनी हाँ कि असी इन्हों उत्थे लैके चलीए। मैनू तो इन्होंने फकीर ते कोई भरोसा नहीं। रमेश की बीमारी तो डॉक्टर को ठीक होनी है, इन्होंने फकीर को नहीं। बापू जी जो डॉक्टर तो कुछ हो नहीं रहा तो अपन उस डेरे ते जान च की हर्जा। रणवीर पुत्र तेरी बीमारी डॉक्टर को ठीक होनी है, तू चिंता ना कर। पुत्र रात बहुत हो गई, तू आराम कर ते मैं भी चल। मालक जी मैं तुहाडे बारे बहुत सुनया है, तुसी अपने दर ते आने वाले दे दुख दूर करदे हो, मेरे परिवार दे दुख भी दूर करो। मेरी मजबूरी है, मैं तुहाडे दर ते नहीं आ सकती, पर मेरे भी दुख दूर करो। मालक जी आपां सवेर दे चले हुए हैं पर आपां जा कित्थे रहे हैं कुछ नहीं पता। उस मालिक दा हुक्म होया है, इसलिए असीं किसे जीव दे दुखां नूं दूर करन वास्ते जा रहे हैं। पर मालक जी जे कोई जीव दुखां दा सताया ही है तो आप चल के भी तो दरबार ते आ सकदा है, तुहानूं उहदे कोल जाण दी की लोड़ है। साढ़े दर ते जो जीव आंदे ने उहनां दे दुख तां दूर हुंदे ही ने, पर जो साढ़े दर ते नहीं आंदा ਉਹਨਾਂ ਦੇ ਦੁੱਖਾਂ ਨੂੰ ਦੂਰ ਕਰਨਾ ਵੀ ਫਕੀਰਾਂ ਦਾ ਹੀ ਕਰਮ ਹੁੰਦਾ। ਪਰ ਮਾਲਕ ਜੀ ਜੇ ਉਹਨਾਂ ਨੂੰ ਤੁਹਾਡੇ 'ਤੇ ਵਿਸ਼ਵਾਸ ਹੀ ਨਹੀਂ ਤਾਂ ਫਿਰ ਤੁਹਾਨੂੰ ਉਹਨਾਂ ਦੇ ਦੁੱਖ ਦੂਰ ਕਰਨ ਦੀ ਕੀ ਲੋੜ ਹੈ? ਅਸੀਂ ਫਕੀਰ ਹਾਂ, ਅਸੀਂ ਕਿਸੇ ਦਾ ਦੁੱਖ ਨਹੀਂ ਦੇਖ ਸਕਦੇ। ਦੁਨੀਆ 'ਤੇ ਕੋਈ ਚੰਗਾ ਜਾਂ ਮਾੜਾ ਨਹੀਂ, ਉਹ ਮਾਲਕ ਸਭ ਦੇ ਅੰਦਰ। ਸਾਡੇ ਮਾਲਕ ਜੀ ਆਏ ਨੇ, ਤੁਹਾਡੇ ਮੁੰਡੇ ਨੂੰ ਮਿਲਣਾ ਚਾਹੁੰਦੇ ਨੇ। ਸਾਡਾ ਮੁੰਡਾ ਤਾਂ ਕਈ ਮਹੀਨਿਆਂ ਤੋਂ ਬਿਮਾਰ ਹੈ। ਮਾਲਕ ਜੀ ਦੀ ਕਿਰਪਾ ਦੇ ਨਾਲ ਤਾਂ ਬੜੇ ਬੜੇ ਦੁੱਖ ਦੂਰ ਹੋ ਜਾਂਦੇ ਨੇ, ਤੁਹਾਡੇ ਪੁੱਤਰ ਦੀ ਤਾਂ ਤਕਲੀਫ ਹੀ ਛੋਟੀ ਜਿਹੀ ਹੈ। ਪਰ ਸਾਡੇ ਬੇਟੇ ਦਾ ਤਾਂ ਡਾਕਟਰੀ ਇਲਾਜ ਚੱਲ ਰਿਹਾ। ਜਿਹਨਾਂ ਡਾਕਟਰਾਂ ਦੀਆਂ ਰਿਪੋਰਟਾਂ ਵਿੱਚ ਕੁਝ ਆਇਆ ਹੀ ਨਹੀਂ ਉਹਨਾਂ ਨੇ ਕੀ ਇਲਾਜ ਕਰਨਾ ਹੈ ਤੁਹਾਡੇ ਮੁੰਡੇ ਦਾ? ਮਾਲਕ ਜੀ, ਮਾਲਕ ਜੀ, ਮਾਲਕ ਜੀ, ਮਾਲਕ ਜੀ, ਤੁਸੀਂ ਤਾਂ ਮੇਰੀਆਂ ਅੱਖਾਂ ਖੋਲ੍ਹਤੀ। ਮੇਰੇ ਕੋਲ ਬੜੀ ਵੱਡੀ ਭੁੱਲ ਹੋ ਗਈ ਜਿਹੜਾ ਮੈਂ ਤੁਹਾਨੂੰ ਪਹਿਚਾਣ ਨਹੀਂ ਸਕਿਆ। ਮੇਰਾ ਬੱਚਾ ਕਈ ਮਹੀਨਿਆਂ ਤੋਂ ਬਿਮਾਰ ਪਿਆ। ਮਾਲਕ ਜੀ ਆਓ ਆਓ, ਉੱਥੇ ਕੋਈ ਰਹਿਮਤ ਕਰੋ ਮਾਲਕ। ਮਾਲਕ ਜੀ ਇਹ ਮੇਰਾ ਬੱਚਾ ਕਈ ਮਹੀਨਿਆਂ ਤੋਂ ਬਿਮਾਰ ਹੈ, ਤੁਸੀਂ ਆਪਣੀ ਰਹਿਮਤ ਕਰੋ ਮਾਲਕ ਜੀ ਆਪਣੀ। ਤੇਰੀ ਆਵਾਜ਼ ਸੁਣਨ ਨੂੰ, ਤੂੰ ਖਤ ਬੋਲੇਗਾ ਤੇ ਖਤ ਤੱਕ ਇਸੇ ਤਰ੍ਹਾਂ ਮੈਨੂੰ ਇਸ਼ਾਰੇ ਕਰਦਾ ਰਹੇਗਾ।
मैं तेरे मुंह चो मां सुनन ले तरस गई हूं। तू कद बोलेगा, कद बोलेगा तू? जो भी मैं कुछ बोल दिया तू मेरे वाल इसी तरह देखता रहना है। तू कभी नहीं बोलेगा, तू कभी बोलेगा।